ਕੇਂਦਰ ਸਰਕਾਰ ਨੇ ਸਪਸ਼ਟ ਕੀਤਾ ਹੈ ਕਿ ਕਰੋਨਾ ਆਰਟੀਪੀਸੀਆਰ ਨੈਗੇਟਿਵ ਟੈਸਟ ਰਿਪੋਰਟਾਂ ਨਾ ਸਿਰਫ ਚੀਨ, ਜਾਪਾਨ, ਹਾਂਗਕਾਂਗ, ਸਿੰਗਾਪੁਰ, THAILAND ਅਤੇ ਦੱਖਣੀ ਕੋਰੀਆ ਤੋਂ ਆਉਣ ਵਾਲੇ ਯਾਤਰੀਆਂ ਲਈ ਜ਼ਰੂਰੀ ਹਨ ਸਗੋਂ ਹੋਰ ਦੇਸ਼ਾਂ ਤੋਂ ਵੀ ਇਹ ਨਾ ਦੇਸ਼ਾਂ ਰਾਹੀਂ ਆਉਣ ਵਾਲੇ ਉਡਾਨਾਂ ਦੇ ਯਾਤਰੀਆਂ ਲਈ ਵੀ ਲਾਜ਼ਮੀ ਹਨ। ਇਸ ਸਬੰਧੀ ਸਿਹਤ ਮੰਤਰਾਲੇ ਨੇ ਕੇਂਦਰੀ ਸ਼ਹਿਰੀ ਹਵਾਵਾਜੀ ਦੇ ਅਧਿਕਾਰੀਆਂ ਨੂੰ ਬਤਲ ਲਿਖਿਆ ਹੈ। ਸਿਹਤ ਮੰਤਰਾਲੇ ਦੇ ਵਧੀਕ ਸਕੱਤਰ ਲਵ ਅਗਰਵਾਲ ਨੇ ਸਕੱਤਰ ਆਜੀਵ ਵੰਸਲ ਨੂੰ ਪੱਤਰ ਲਿਖ ਕੇ ਸਪਸ਼ਟ ਕੀਤਾ ਹੈ ਕਿ ਉਪਰੋਕਤ ਉੱਚ ਜੋਖਮ ਵਾਲੇ ਦੇਸ਼ਾਂ ਦੀ ਯਾਤਰਾ ਕਰਨ ਵਾਲੇ ਯਾਤਰੀਆਂ ਨੂੰ ਵੀ ਯਾਤਰਾ ਤੋਂ 72 ਘੰਟੇ ਪਹਿਲਾਂ ਕਰੋਨਾ ਦੀ ਆਰਟੀਪੀਸੀਆ ਰਿਪੋਰਟ ਏਅਰ ਸੁਵਿਧਾ ਪੋਰਟਲ ਤੇ ਅਪਲੋਡ ਕਰਨੀ ਪਵੇਗੀ। ਭਾਵੇਂ ਉਹ ਯਾਤਰੀ ਕਿਸੇ ਹੋਰ ਦੇਸ਼ ਨਾਲ ਸੰਬੰਧਿਤ ਹੋਣ ਅਤੇ ਉਹਨਾਂ ਨੇ ਯਾਤਰਾ ਕਿਸੇ ਹੋਰ ਥਾਂ ਤੋਂ ਕਰਨੀ ਹੋਵੇ। ਸਿਹਤ ਮੰਤਰਾਲੇ ਵੱਲੋਂ ਦੱਸਿਆ ਗਿਆ ਹੈ ਕਿ ਦੇਸ਼ ਪਰ ਵਿੱਚ ਹਵਾਈ ਅੱਡਿਆਂ ਤੇ ਕਿਸੇ ਵੀ ਦੇਸ਼ ਤੋਂ ਆਉਣ ਵਾਲੇ ਯਾਤਰੀਆਂ ਵਿੱਚੋਂ 2 ਫੀਸਦੀ ਦੇ ਕਰੋਨਾ ਟੈਸਟ ਪਹਿਲਾਂ ਵਾਂਗ جاری ਰਹਿਣਗੇ। ਮੰਤਰਾਲੇ ਨੇ ਦੱਸਿਆ ਹੈ ਕਿ ਚੀਨ, ਹਾਂਗਕਾਂਗ, ਸਿੰਗਾਪੁਰ, ਦੱਖਣੀ ਕੋਰੀਆ, THAILAND ਤੇ ਜਾਪਾਨ ਵਿੱਚ ਕਰੋਨਾ ਦੇ ਕੇਸ ਲਗਾਤਾਰ ਵਧ ਰਹੇ ਹਨ ਜਿਸ ਕਰਕੇ ਕਰੋਨਾ ਤੋਂ ਸਾਵਧਾਨੀ ਲਈ ਦਿਸ਼ਾ ਨਿਰਦੇਸ਼ ਸੋਧ ਕੇ ਜਾਰੀ ਕੀਤੇ ਗਏ ਹਨ